तीन साल पुराना वारी वारी ओपोजिशन ते मीडिया वाले गल्ला करदे रहिंदे है। मैं इस बारी विधानसभा च वी कहा कि तीन एक महीने च नशा खत्म करन तो मतलब कि मैं सच्ची निष्ठा दे नाल उपराला करांगा कि महीने दे विच नशे तस्करां ते रोक लाई जावे। ओहदा मतलब यह नहीं सीगा भी मुकम्मल खत्म हो गया जां हो जाएगा, लेकिन ओहदे च इह सी कि मैं आपदे नहीं कसर नहीं छड्डांगा, मैं इस गल दी सौं खांदा। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵੱਲੋਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਨਸ਼ਾ ਖਤਮ ਕਰਨ ਦੀ ਚੁੱਕੀ ਸਹੁੰ ਦੇ ਅਸਲ ਮਾਇਨੇ ਸਮਝਾ ਰਿਹਾ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ। ਅਕਸਰ ਹੀ ਕਈ ਮੁੱਦਿਆਂ ਤੇ ਆਪਣੀ ਪਾਰਟੀ ਨਾਲ ਤੜਿੰਗ ਰਹਿਣ ਵਾਲੇ ਰਾਜਾ ਵੜਿੰਗ ਦੀ ਦਲੀਲ ਹੈ ਕਿ ਮੁੱਖ ਮੰਤਰੀ ਕੈਪਟਨ ਦੇ ਉਸ ਬਿਆਨ ਦਾ ਮਤਲਬ ਉਹ ਨਹੀਂ ਸੀ ਜੋ ਸਮਝ ਲਿਆ ਗਿਆ। ਅਸਲ ਵਿੱਚ ਇਸ ਪਿੱਛੇ ਉਹਨਾਂ ਦੀ ਨੀਅਤ ਦਰੁਸਤ ਸੀ। ਉਹ ਪੰਜਾਬ ਵਿੱਚੋਂ ਨਸ਼ਾ ਮੁਕੰਮਲ ਖਤਮ ਕਰਨਾ ਚਾਹੁੰਦੇ ਸਨ, ਪਰ ਨਾਲ ਹੀ ਰਾਜਾ ਵੜਿੰਗ ਇਹ ਵੀ ਖੁੱਲ੍ਹੇਆਮ ਕਬੂਲ ਗਏ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਹੀ ਨਹੀਂ ਜਾ ਸਕਦਾ। ਮੈਂ ਇਹ ਵੀ ਨਹੀਂ ਕਹਾਂਗਾ ਨਸ਼ਾ ਮੁਕੰਮਲ ਤੌਰ ਤੇ ਖਤਮ ਹੋ ਗਿਆ, ਇਹ ਅਮਰੀਕਾ ਕੈਨੇਡਾ ਨਹੀਂ ਕਰ ਸਕਿਆ ਮੁਕੰਮਲ ਤੌਰ ਤੇ ਨਸ਼ਾ ਖਤਮ। ਰਾਜਾ ਵੜਿੰਗ ਦੀ ਦਲੀਲ ਹੈ ਕਿ ਨਸ਼ਾ ਤਾਂ ਕੈਨੇਡਾ ਤੇ ਅਮਰੀਕਾ ਵਰਗੇ ਮੁਲਕ ਖਤਮ ਨਹੀਂ ਕਰ ਸਕੇ, ਤਾਂ ਅਸੀਂ ਕੀ ਖਤਮ ਕਰਾਂਗੇ। ਰਾਜਾ ਵੜਿੰਗ ਨੇ ਹਾਲਾਂਕਿ ਟਰਾਂਸਪੋਰਟ ਮਾਫੀਆ ਉੱਪਰ ਵੀ ਲਗਾਮ ਲਗਾਉਣ ਦੀ ਹਾਮੀ ਭਰੀ ਹੈ। ਬੱਸ ਮਾਫੀਆ ਖਤਮ ਕਰ ਦਿੱਤਾ ਜਾਵੇ, ਕਿਲੋਮੀਟਰ ਸਕੀਮ ਤੇ ਬੱਸ ਚੱਲੇਗੀ, ਉਮੀਦ ਹੈ ਉਹ ਵੀ ਉਹਨਾਂ ਨੇ ਫਲੋਰ ਆਫ ਦੀ ਹਾਊਸ ਕਰਤਾ ਵੀ ਸਾਰੇ ਜਿਹੜੇ ਨਜਾਇਜ਼ ਕੋਈ ਪਰਮਿਟ ਸੀਗੇ ਜਾਂ ਕੋਈ ਇਹਨਾਂ ਨੇ ਐਕਸਟੈਂਸ਼ਨ ਨਜਾਇਜ਼ ਕੀਤੀਆਂ ਜਾਂ ਉਹਨਾਂ ਨੂੰ ਕੱਟ ਦਿੱਤਾ ਜਾਵੇ। ਬੇਸ਼ੱਕ ਟਰਾਂਸਪੋਰਟ ਮਾਫੀਆ ਤੇ ਖਾਸ ਕਰ ਆਰਬਿਟ ਬੱਸਾਂ ਤੇ ਬ੍ਰੇਕਾਂ ਦੇ ਵੱਡੇ ਵੱਡੇ ਦਾਅਵੇ ਕਰਦਿਆਂ ਸੱਤਾ ਚ ਆਈ ਕਾਂਗਰਸ ਚੁੱਪ ਹੈ। ਪੀਆਰਟੀਸੀ ਘਾਟੇ ਚ ਹੈ ਅਤੇ ਨਿੱਜੀ ਟਰਾਂਸਪੋਰਟਰਾਂ ਦੀਆਂ ਬੱਸਾਂ ਫਰਾਟੇ ਪਰ ਰਹੀਆਂ ਹਨ। ਰਾਜਾ ਵੜਿੰਗ ਨੇ ਰੇਤ ਮਾਫੀਆ ਤੋਂ ਖਲਾਸੀ ਦਿਵਾਉਣ ਦਾ ਵੀ ਦਾਅਵਾ ਕੀਤਾ ਹੈ ਅਤੇ ਕਿਹਾ ਕਿ ਸਰਕਾਰ ਇਸ ਬਾਰੇ ਯਤਨਸ਼ੀਲ ਹੈ, ਅਸਮਾਨੀ ਚੜੇ ਰੇਤ ਦੇ ਭਾਅ ਹੇਠਾਂ ਆਉਣਗੇ। ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਔਰ ਪੰਜਾਬ ਦੇ ਹਰ ਵਿਅਕਤੀ ਦੀ ਮੰਗ ਹੈ ਕਿ ਪੰਜਾਬ 'ਚ ਰੇਤਾ ਮੁਫ਼ਤ ਹੋ ਜਾਣਾ ਚਾਹੀਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਰਾਖੀ ਹੈ, ਹਮੇਸ਼ਾ ਲੋਕਾਂ ਦੇ ਮੁੱਦੇ 'ਤੇ ਅਸੀਫੇ ਦਿੱਤੇ ਹੈ, ਚਾਹੇ ਉਹ 84 ਦਾ ਮੁੱਦਾ ਸੀ। ਔਰ ਮੈਨੂੰ ਵਿਸ਼ਵਾਸ ਹੈ ਕੈਪਟਨ ਅਮਰਿੰਦਰ ਸਿੰਘ 'ਤੇ ਔਰ ਪੂਰੀ ਕੈਬਨਿਟ 'ਤੇ ਕਿ ਮਹੀਨੇ ਡੇਢ ਮਹੀਨੇ ਦੇ ਅੰਦਰ ਟੈਕਨੀਕਲ ਐਰਰ ਵੇਖਦੇ ਹੋਏ ਕੱਢਦੇ ਹੋਏ ਪੰਜਾਬ 'ਚੋਂ ਰੇਤਾ ਮੁਫ਼ਤ ਹੋ ਜਾਏਗਾ। ਪੰਜਾਬ ਵਿੱਚ ਸੱਤਾ ਸੰਭਾਲਿਆਂ ਕੈਪਟਨ ਸਰਕਾਰ ਨੂੰ 3 ਸਾਲ ਬੀਤ ਚੁੱਕੇ ਹਨ, ਪਰ ਹੁਣ ਉਹਨਾਂ ਸਵਾਲਾਂ ਨਾਲ ਉਸ ਨੂੰ ਰੂਬਰੂ ਹੋਣਾ ਪੈ ਰਿਹਾ ਹੈ ਜਿਹੜੇ ਵਾਅਦੇ ਅਤੇ ਦਾਅਵੇ ਕਰਕੇ ਉਹਨਾਂ ਨੇ ਸੱਤਾ ਸੰਭਾਲੀ ਸੀ। ਖਾਸ ਕਰ ਨਸ਼ਿਆਂ ਦੇ ਮੁੱਦੇ ਉੱਪਰ ਕੀਤਾ ਦਾਅਵਾ ਹੁਣ ਪੁੱਠਾ ਪੈਣ ਲੱਗਾ ਹੈ। ਮੁਕਤਸਰ ਤੋਂ ਕੁਲਦੀਪ ਸਿੰਘ, ਸਿੱਖ ਨਿਊਜ਼ ਐਕਸਪ੍ਰੈਸ।